श्री मुक्तसर साहिब विखे मेला माघी संबंधी मलोट रोड उत्ते लगे मेला बाजार जो कि सड़क दे दोवां किनारियां उत्ते लगा होया सी उस नूं अज नगर कौंसल अते पुलिस वल्लों हटवाया गया। दस दिए कि मेले मौके लगन वाले इस बाजार दौरान मलोट रोड दे दोहां पासियां उत्ते आरजी दुकानां लगाईआं गईआं हन। नगर कौंसल वल्लों 30 जनवरी तक इह दुकानां लगाउण संबंधी मता वी पास कीता गया सी। बीते करीब 3 दिन तों नगर कौंसल वल्लों इस संबंधी मुनियादी करवा के दुकानां हटाउण दी अपील कीती गई पर मेले दौरान पहुंचे दुकानदारा ने ए दुकाना नहीं हटाईया जिस उते अज नगर कौंसल दे कार्ज साधक अफसर अते DSP सब डिवीजन दी अगवाई विच नगर कौंसल अते पुलिस कर्मचारियां ने सांझे ऑपरेशन दौरान ए सड़क किनारे लगियां आरजी दुकाना हटवाईया। अजीत पंजाबी दी ऑथेंटिक खबरां दे लई सबस्क्राइब करो अजीत वैब टीवी अते ताज़ी खबरां दी नोटिफिकेशन पाउण दे लई बैल आइकन ते क्लिक करो। की कहोगे तुसीं इक वड्डी समस्या सी ट्रैफिक ते काफी दिनां तों एंट्री हो रहा सी ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲਾ ਮਾਘੀ ਦੇ ਸੰਬੰਧ ਵਿੱਚ ਨਾ ਕੁਛ ਇਹਨਾਂ ਦੁਕਾਨਦਾਰਾਂ ਨਾਲ ਜਿਹੜੀ ਇਹਨਾਂ ਨੂੰ ਦੁਕਾਨਾਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਕਿ ਮੇਲਾ ਜਿਹੜਾ ਲੋਕ ਖੁਸ਼ੀ ਨਾਲ ਮਨਾ ਲੈਣ। ਤੋ ਅੱਜ ਇਹ ਟ੍ਰੈਫਿਕ ਦੀ ਸਮੱਸਿਆ ਸਾਨੂੰ ਬਹੁਤ ਜ਼ਿਆਦਾ ਸੀਗੀ। ਜਦੋਂ ਇਹ ਉਹਨਾਂ ਗੱਲ ਕੀਤੀ ਤਾਂ ਜਿਹੜਾ ਇਹਨਾਂ ਨੂੰ ਟਾਈਮ ਦਿੱਤਾ ਸੀ ਦੁਕਾਨਦਾਰਾਂ ਦਾ ਉਹ ਸਮਾਪਤ ਹੋ ਚੁੱਕਾ ਹੈ। ਤੋ ਅੱਜ ਅਸੀਂ ਇਹਨੇ ਸਾਨੂੰ ਪੁਲਿਸ ਦੀ ਇਮਦਾਦ ਮੰਗੀ ਸੀ। ਤੋ ਮੈਂ ਆਪਣੀ ਸਾਰੀ ਟੀਮ ਨਾਲ ਲੈ ਕੇ ਆਇਆ ਜਿੰਨੀ ਵੀ ਇਨਫੋਰਸਮੈਂਟ ਕੀਤੀ ਹੋਈ ਹੈ ਜਾਂ ਜਿਹੜੇ ਇਹ ਨਬਜ਼ੇ ਨੇ ਇਹਨਾਂ ਨੂੰ ਅਸੀਂ ਪਹਿਲਾਂ ਤਾਂ ਪਿਆਰ ਨਾਲ ਹਟਾ ਰਹੇ ਨੇ। ਅਗਰ ਜੇ ਸਖਤੀ ਦੀ ਲੋੜ ਪਈ ਤਾਂ ਫਿਰ ਸਖਤੀ ਕਰਾਂ। ਆਪ ਸਭ ਨੂੰ ਪਤਾ ਹੀ ਹੈ ਕਿ ਮੇਲਾ ਮਾਘੀ 2023 ਹੈ ਉਹ ਖਤਮ ਹੋ ਚੁੱਕਾ ਹੈ ਅਤੇ ਆਹ ਜਿਹੜਾ ਆਪਣੀ ਮਲੋਟ ਰੋਡ ਹੈ ਪਿਛਲੇ ਸਾਲਾਂ ਤੋਂ ਇੱਥੇ ਹੀ ਮੇਲਾ ਲੱਗਦਾ ਹੈ। ਅਸੀਂ ਪਿਛਲੇ 3 ਦਿਨਾਂ ਤੋਂ ਮਨਾਦੀ ਕਰਵਾ ਰਹੇ ਹਾਂ ਕਿ ਇਹ ਰੋਡ ਬਿਲਕੁਲ ਸ਼ਾਮ ਵੇਲੇ ਵੀ ਸਵੇਰ ਵੇਲੇ ਵੀ ਦੁਪਹਿਰ ਵੇਲੇ ਵੀ ਟੋਟਲੀ ਬੰਦ ਹੋ ਜਾਂਦਾ। ਲੰਘਣ ਵਾਲਿਆਂ ਨੂੰ ਦਰਬਾਰ ਸਾਹਿਬ ਆਉਣ ਵਾਲਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ। ਅਸੀਂ ਮਨਾਦੀ ਕਰਵਾਈ ਹੈ ਵੀ ਤੁਸੀਂ ਆਪਣਾ ਸਮਾਨ ਚੱਕ ਲਓ, ਪਰੰਤੂ ਇਹਨਾਂ 'ਤੇ ਮਤਲਬ ਇਹਨਾਂ ਨੇ ਉਸ ਗੱਲ ਦੀ ਕੋਈ ਅਸਰ ਨਹੀਂ ਕੀਤਾ। ਤਾਂ ਅੱਜ ਮਨਾਦੀ ਤੋਂ ਬਾਅਦ ਮੈਂ ਸਾਡੇ ਮਾਣਯੋਗ DSP ਸਾਹਿਬ ਸ਼੍ਰੀ ਜਗਦੀਸ਼ ਜੀ ਅਤੇ SHO ਸਾਹਿਬ ਸਾਰੀ ਉਹਨਾਂ ਦੀ ਟੀਮ ਮੇਰੀ ਨਗਰ ਕੌਂਸਲ ਦੇ ਸਾਰੇ ਇੰਸਪੈਕਟਰ ਸਾਹਿਬਾਨ ਅਤੇ ਮੇਰੀ ਸਾਰੀ ਟੀਮ ਅੱਜ ਅਸੀਂ ਜੁਆਇੰਟ ਆਪਰੇਸ਼ਨ ਅਸੀਂ ਇਸ ਰੋਡ 'ਤੇ ਕੀਤਾ ਹੈ। ਅਤੇ ਜਦੋਂ ਤੱਕ ਇਹ ਸਾਰਾ ਮਲੋਟ ਰੋਡ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਸਾਡਾ ਜਿਹੜਾ ਇਹ ਆਪਰੇਸ਼ਨ ਇਸੇ ਤਰੀਕੇ ਨਾਲ ਇਹ ਜਾਰੀ ਰਹੂਗਾ।